रस्सा देखो बनिया गया ते हुण इहदे नाल जिहड़ा जमा इहने हिलणा नहीं हैगा टस तों ਤਾਂ ਲੇਲਨ ਕਰੂਜ਼ ਦੇ ਜਿਹੜੇ ਹੈਗੇ ਹੈੱਡਕੁਆਟਰ ਦੇ ਆਪਾਂ ਖੜੇ ਆ ਵੈਪਾ ਤਾਂ ਆਪਾਂ ਇੱਕ ਨਵੇਂ ਸਟੇਸ਼ਨ ਤੇ ਪਹੁੰਚੇ ਆ ਆਜੋ ਅੱਜ ਚਲੀਏ ਫੈਰੀ ਘਾਟ ਦਾ ਆਨੰਦ ਮਾਣਨ ਤੇ ਲੇਲਨ ਕਰੂਜ਼ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਤੋਂ ਆਪਾਂ ਜਿਹੜਾ ਹੈਗਾ ਫੈਰੀ ਘਾਟ ਲਿਖਿਆ ਹੋਇਆ ਅਰਮੀਨੀਅਨ ਟੂ ਹਾਵੜਾ ਫੈਰੀ ਘਾਟ ਚੱਲਦੀ ਇੱਥੇ ਤੇ ਆਪਾਂ ਉਹਦੀ ਰਾਈਡ ਲੈਣੇ ਹੈਗੇ ਤਾਂ ਪੁਰਾਣੇ ਟਾਈਮਾਂ ਵਾਲੀ ਇਹ ਤੋਂ ਫੀਲਿੰਗ ਆਉਂਦੀ ਹੈਗੀ ਆ ਅਤੇ ਅਸੀਂ ਜਿਵੇਂ ਪਤਾ ਕੀਤਾ ਹੈਗਾ ਵੀ ਇੱਥੇ 12 ਰੁਪਏ ਲੱਗਦੇ ਹੈਗੇ ਆ 6 ਰੁਪਏ ਦੀ ਟਿਕਟ ਹੈਗੀ ਆ ਅਤੇ 2 ਜਣਿਆਂ ਦੇ 12 ਰੁਪਏ ਹੈਗੇ ਆ ਇਸ ਤੋਂ ਆਪਾਂ ਜਿਹੜਾ ਹੈਗਾ ਘਾਟ ਦੇ ਰਾਹੀਂ ਉੱਥੇ ਪਹੁੰਚ ਜਾਵਾਂਗੇ ਹਾਵੜਾ ਹਰੇਕ ਥਾਂ 'ਤੇ ਕੰਮ ਜੈਨੂਨ ਹੈ ਟਿਕਟ ਮਿਲੂਗੀ ਤੁਹਾਨੂੰ ਬਗੈਰ ਦੇਖ ਸਕਦੇ ਹੋ ਤੁਸੀਂ 6 ਰੁਪਏ ਦੀ ਟਿਕਟ ਹੈ ਪੂਰਾ ਮੈਂਸ਼ਨ ਹੋ ਰਿਹਾ ਤੇ ਜੇ ਆਪਾਂ ਉਧਰੋਂ ਦੀ ਆਨੇ ਹਾਵੜਾ ਵੱਲੋਂ ਰੇਲਵੇ ਸਟੇਸ਼ਨ ਵਾਲੀ ਸਾਈਡ ਤੋਂ ਫਿਰ ਵੀ 6 ਰੁਪਏ ਹੀ ਲੱਗਣਗੇ ਫਿਰ ਇੱਧਰ ਤੁਸੀਂ ਆ ਸਕਦੇ ਆ ਹਾਵੜਾ ਬ੍ਰਿਜ ਸਾਰਾ ਕ੍ਰਾਸ ਕਰ ਦੇਗਾ ਹੁਣ ਆਪਾਂ ਪੈਦਲ ਇੱਧਰ ਆ ਗਏ ਸੀ ਵੀਡੀਓ ਬਣਾਉਣ ਦੇ ਲਈ ਤੇ ਹੁਣ ਆਪਾਂ ਫਿਰ ਉਧਰ ਜਾ ਰਹੇ ਹਾਂ ਇੱਕ ਤਰ੍ਹਾਂ ਨਾਲ ਜਿਵੇਂ 에어ਪੋਰਟਾਂ ਤੇ ਫੀਲਿੰਗ ਆਉਂਦੀ ਹੈ ਬੱਸ ਅੱਡਿਆਂ ਤੇ ਫੀਲਿੰਗ ਆਉਂਦੀ ਹੈ ਤਾਂ ਇਹ ਜਿਹੜੀ ਹੈਗੀ ਇਹਨਾਂ ਦੇ ਆਪਦੇ ਅੱਡੇ ਹਨ ਇੱਧਰ ਆਮ ਹੀ ਗੱਲ ਆ 6-6 ਰੁਪਏ ਦੀ ਰਾਈਡ ਲੈ ਕੇ ਤੁਸੀਂ ਕਿਤੇ ਵੀ ਜਾ ਸਕਦੇ ਹੋ ਤੇ ਹੁਣ ਆਪਾਂ ਜਾ ਰਹੇ ਹਾਂ ਫੇਰੀ ਵੱਲ ਇੱਥੋਂ ਦੇਖੋ ਤੁਸੀਂ ਵਿਊ ਜਿਹੜਾ ਉਹੀ ਪੁੱਲ ਜਿਹੜਾ ਆਪਾਂ ਪੈਦਲ ਵਾਕ ਕਰਕੇ ਆਏ ਆ ਹਨਾ ਤੁਸੀਂ ਦੇਖ ਸਕਦੇ ਹੋ ਇੱਥੋਂ ਕਿੰਨਾ ਸੋਹਣਾ ਲੱਗ ਰਿਹਾ ਪੁੱਲ ਜਿਹੜਾ ਉੱਥੋਂ ਆਪਾਂ ਪੈਦਲ ਆਏ ਜੀ ਇੱਥੇ ਵਹੀਕਲ ਚੱਲ ਰਹੇ ਨੇ ਤਾਂ ਗੰਗਾ ਨਦੀ ਦੇ ਖੜੇ ਆ ਹੁਣ ਕਿਨਾਰੇ ਤੇ ਅਸੀਂ ਤੇ ਇੱਥੋਂ ਜਿਹੜੀ ਹੈਗੀਆਂ ਫੈਰੀਜ਼ ਚੱਲਦੀਆਂ ਹੈਗੀਆਂ ਤੇ ਅਲੱਗ ਅਲੱਗ ਇਹਨਾਂ ਦੇ ਰੇਟ ਹੈਗੇ ਆ ਇੱਧਰਲੀ ਤੋਂ ਉੱਧਰਲੀ ਸਾਈਡ ਤੇ ਜਾਂਦੇ ਤੇ ਉੱਧਰੋਂ ਹੋਰ ਅੱਗੇ ਜਾਂਦੇ ਇੱਥੇ ਸਾਰੀਆਂ ਫੈਰੀ ਦੇ ਜਿਹੜਾ ਹੈਗਾ ਟਰਾਂਸਪੋਰਟੇਸ਼ਨ ਰਾਹੀਂ ਹੁੰਦੀ ਹੈਗੀ ਆ ਦੇਖੋ ਤੁਸੀਂ ਜਿਹੜਾ ਹੈਗਾ ਪਿੱਛੇ ਹਾਵੜਾ ਬ੍ਰਿਜ ਹੈਗਾ ਤੇ ਆਪਾਂ ਇੱਥੇ ਜਿਹੜਾ ਹੈਗਾ ਖੜੇ ਹੈਗੇ ਆ ਫੈਰੀ ਘਾਟ ਤੇ ਤੇ ਇੱਥੋਂ ਜਿਹੜੀ ਆਪਣੀ ਫੈਰੀ ਥੋੜ੍ਹੇ ਚਿਰ ਲਈ ਜਿਹੜੀ ਹੈਗੀ ਚੱਲ ਪੈਣੀ ਹੈਗੀ ਆ ਪਿੱਛੇ ਦਾ ਵਿਊ ਜਿਹੜਾ ਹੈਗਾ ਤੁਸੀਂ ਸਾਰਾ ਦੇਖ ਸਕਦੇ ਹੋ ਗੰਗਾ ਨਦੀ ਆ ਇਹ ਪਿੱਛੇ ਜਿਹੜਾ ਹੈਗਾ ਆਪਣੇ ਸਾਰੇ ਯਾਤਰੀ ਆ ਰਹੇ ਹੈਗੇ ਇਹਨਾਂ ਨੇ ਜਿਹੜਾ ਹੈਗਾ ਟਰਾਂਸਪੋਰਟੇਸ਼ਨ ਕਰਨੀ ਹੈਗੀ ਮਤਲਬ ਇੱਧਰੋਂ ਉੱਧਰ ਜਾਣਾ ਹੈਗਾ ਤਾਂ ਆ ਹੈਗਾ ਅਰਮੀਨੀਆ ਫੈਰੀ ਘਾਟ ਹੈ ਨਾ ਇਹ ਅੱਡੇ ਦਾ ਨਾਮ ਕਹਿ ਲਓ ਇਹਨਾਂ ਦੇ ਜਿੱਥੋਂ ਇਹ ਫੈਰੀ ਚੱਲਦੀਆਂ ਹੈਗੀਆਂ ਤਾਂ ਗੱਡੀ ਜਿਹੜੀ ਆਪਣੀ ਆ ਗਈ ਹੈ ਤਿਆਰ ਹੈ ਤੇ ਹੁਣ ਆਪਾਂ ਸਫ਼ਰ ਕਰਨ ਲੱਗੇ ਹਾਂ ਤੇ ਜਿਹੜੀ ਜਨਤਾ ਸਫ਼ਰ ਕਰਕੇ ਆ ਰਹੀ ਹੈ ਬਹੁਤ ਖੁਸ਼ ਨਜ਼ਰ ਆ ਰਹੀ ਹੈ ਤੇ ਉੱਤੇ ਪਾਇਲਟ ਬੈਠਾ ਹੈਗਾ ਜਿਹੜਾ ਗੱਡੀ ਮੋੜੀ ਜਾਂਦਾ ਹੈਗਾ ਰੱਸਿਆਂ ਨਾਲ ਇਹਨਾਂ ਨੇ ਬੰਨ ਦੇਣਾ ਹੈਗਾ ਸਾਰੇ ਜਿਹੜੇ ਆ ਟੰਬੇ ਜੇ ਤੁਹਾਨੂੰ ਦਿਸੀ ਜਾਂਦੇ ਨਾ ਇਹਨਾਂ ਨੇ ਇਹਦੇ ਨਾਲ ਬੰਨ ਦੇਣਾ ਹੈਗਾ ਇਹਨੂੰ ਤਾਂ ਦੇਖੋ ਹੈ ਨਾ ਯਾਰ ਹਰੇਕ ਸਟੇਟ ਦਾ ਕਲਚਰ ਅਲੱਗ ਅਲੱਗ ਹੈ ਨਾ ਪੁਰਾਣੇ ਬੰਦੇ ਜਿਵੇਂ ਸਾਰੇ ਉਤਰ ਗਏ ਹੈਗੇ ਤੇ ਨਵੇਂ ਹੁਣ ਚੜਨਗੇ ਇਹ ਸਾਰਾ ਪ੍ਰੋਸੀਜਰ ਹੈ ਇਹ ਲੌਕ ਹੋ ਰਿਹਾ ਹੌਲੀ ਹੌਲੀ ਉਹ ਦੇਖੋ ਲੌਕ ਬਹੁਤ ਮੋਟਾ ਹੈ ਰੱਸਾ ਰੱਸੇ ਬੰਨੇ ਗਏ ਪੂਰਾ ਲੌਕ ਹੋ ਗਿਆ ਕੰਮ ਤੇ ਉਹਦੇ ਉੱਤੋਂ ਬਾਅਦ ਜਿਹੜਾ ਹੈਗਾ ਤੁਸੀਂ ਆਪਣੀ ਅਗਲੀ ਯਾਤਰਾ ਸ਼ੁਰੂ ਕਰ ਸਕਦੇ ਹੋ ਪੂਰਾ ਸਿਸਟਮ ਬਣਿਆ ਹੋਇਆ ਨਾ ਸੀਟਾਂ ਬਣੀਆਂ ਹੋਈਆਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਬੈਠ ਗਏ ਆ ਤੇ ਟਿਕਟ ਇਹਦੀ ਬਹੁਤ ਜਾਇਜ਼ ਹੀ ਹੈ 6 ਰੁਪਏ ਕੋਈ ਜ਼ਿਆਦਾ ਨਹੀਂ ਹੈਗੇ 12 ਰੁਪਏ ਲੱਗੇ ਸਾਡੇ ਦੋਨਾਂ ਦੇ ਤੇ ਤੁਸੀਂ ਵੀ ਜਦੋਂ ਆਓ ਜ਼ਰੂਰ ਸਫ਼ਰ ਕਰੋ ਇਹਦੇ ਵਿੱਚ ਤੇ ਹੁਣ ਆਪਾਂ ਚੱਲੇ ਹਾਂ ਜੀ ਫੇਰੀ ਦਾ ਸਫ਼ਰ ਕਰਨ ਤੇ ਉੱਧਰ ਹਾਵੜਾ ਸਾਨੂੰ ਇਹ ਜਿਹੜਾ ਛੱਡ ਦੇਗਾ ਆਪਾਂ ਫਲਾਵਰ ਮਾਰਕੀਟ ਤੋਂ ਚੱਲੇ ਹਾਂ ਤੇ ਤੁਸੀਂ ਵੀ ਜਦੋਂ ਆਓ ਤਾਂ ਸਫ਼ਰ ਜ਼ਰੂਰ ਕਰੋ ਪਿਛਲੇ ਵਲੌਗ 'ਚ ਆਪਾਂ ਸਫ਼ਰ ਕੀਤਾ ਸੀਗਾ ਬੋਟ ਦਾ ਸਿਕਾਰਾ ਬੋਟ ਤੁਸੀਂ ਦੇਖਿਆ ਹੋਣਾ ਈਕੋ ਪਾਰਕ ਦੇ ਵਿੱਚ ਤੇ ਹੁਣ ਅੱਜ ਆਪਾਂ ਇੱਧਰ ਆਏ ਹਾਂ ਹਾਵੜਾ ਬ੍ਰਿਜ ਤੇ ਗੰਗਾ ਨਦੀ ਦੇ ਵਿੱਚ ਸਫ਼ਰ ਕਰਨ ਲੱਗੇ ਆ ਤੇ ਸੀਟਾਂ ਆਪਾਂ ਆਪਣੀਆਂ ਗ੍ਰਹਿਣ ਕਰ ਲਈਆਂ ਹੈਗੀਆਂ ਤੇ ਪੂਰਾ ਰਾਇਲ ਟੱਚ ਹੈ ਹਨਾ
ਤੇ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਡਰ ਹੀ ਆਉਂਦੇ ਹਨ ਇਹ ਸਾਰਾ ਕੁਛ ਤੇ ਬਹੁਤ ਵਾਜਬ ਜਿਹੇ ਰੇਟ ਲੱਗੇ ਇੱਥੇ ਵੈਸਟ ਬੰਗਾਲ ਦੇ ਵਿੱਚ ਸਾਨੂੰ ਇਹੀ ਜਿਹੜਾ ਹੈਗਾ ਸਭ ਤੋਂ ਵਧੀਆ ਚੀਜ਼ ਲੱਗੀ ਹੈਗੀ ਆ ਵੀ ਜਿਹੜਾ ਇੱਥੇ ਰੇਟ ਹੈਗੇ ਬਹੁਤ ਨੋਮੀਨਲ ਹੈਗੇ ਸਭ ਤੋਂ ਸਸਤਾ ਇਹੀ ਹੈ ਮੈਨੂੰ ਲੱਗਦਾ ਬੋਟਿੰਗ ਵਾਲਾ ਸਫ਼ਰ ਜਿਹੜਾ 6 ਰੁਪਏ ਦਾ 6 ਰੁਪਏ ਕੋਈ ਜ਼ਿਆਦਾ ਚਾਰਜਿਸ ਨਹੀਂ ਹੁੰਦੇ 12 ਰੁਪਏ ਅਸੀਂ ਇੱਕ ਦੇ ਸੋਚੇ ਸੀ ਉਹਨੇ ਸਾਡੇ ਤੋਂ 12 ਹੀ ਲਏ ਦੋਨਾਂ ਦੇ ਤੇ ਬੱਸਾਂ ਦੇ ਕਿਰਾਏ ਵੀ ਤੁਸੀਂ ਦੇਖਿਆ ਹੀ ਹੈ ਵੀ 5-10 ਰੁਪਏ ਉਹ ਹੈਗੇ ਆ ਸਾਰੇ ਤਾਂ ਬੋਟ ਦਾ ਸਾਰਾ ਮਾਹੌਲ ਹੈ ਬੈਲ ਵੱਜ ਗਈ ਹੈਗੀ ਹੈ ਰਸਤਾ ਜਿਹੜਾ ਹੈਗਾ ਖੋਲ ਦਿੱਤਾ ਗਿਆ ਹੈਗਾ ਤੇ ਫੈਰੀ ਜਿਹੜੀ ਹੈਗੀ ਰਵਾਨਗੀ ਪਾਉਣ ਲੱਗੀ ਹੈ ਯਾਰ ਇਹ ਗੰਗਾ ਨਦੀ ਇੰਜੋਏ ਕਰ ਸਕਦੇ ਹੋ ਤੁਸੀਂ ਦੇਖ ਕੇ ਕਿੰਨਾ ਖੂਬਸੂਰਤ ਨਜ਼ਾਰਾ ਹੈ ਗੰਗਾ ਨਦੀ ਦਾ ਪਰ ਥੋੜੀ ਥੋੜੀ ਮੈਲੀ ਹੈ ਕਾਫੀ ਮੈਲੀ ਹੋਈ ਪਈ ਹੈ ਪਰ ਸਹੀ ਬਣਾਈ ਹੈ ਗੱਲ ਰਾਮ ਤੇਰੀ ਗੰਗਾ ਮੈਲੀ ਜਿਹੜੇ ਨੇੜੇ ਤੇੜੇ ਘਰ ਆ ਨਾ ਉਹਨਾਂ ਨੇ ਗੰਦ ਬਹੁਤ ਪਾ ਦੇਣਾ ਉਹ ਵਿੱਚੇ ਨਹਾਈ ਜਾਂਦੇ ਵਿੱਚੇ ਕਰੀ ਜਾਂਦੇ ਸਾਰਾ ਕੁਝ ਕੱਪੜੇ ਜਿਹੜੇ ਪਾਣੀ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਉਹਦੇ ਕਰਕੇ ਜਿਹੜਾ ਹੈਗਾ ਇਹ ਸਾਰਾ ਕੁਝ ਹੈਗਾ ਤੇ ਆਪਾਂ ਉਧਰਲੀ ਸਾਈਡ ਤੋਂ ਚੱਲੇ ਸੀਗੇ ਤੇ ਇੱਧਰ ਆਪਾਂ ਹੁਣ ਆ ਰਹੇ ਆ ਤਾਂ ਜਿਹੜਾ ਹੈਗਾ ਫੈਰੀ ਤੇ ਜਿਹੜਾ ਹੈਗਾ ਹਾਵੜਾ ਬ੍ਰਿਜ ਨੂੰ ਦੇਖਣ ਦਾ ਨਜ਼ਾਰਾ ਕੁਛ ਹੋਰ ਹੀ ਹੈ ਹਨਾ ਤਾਂ ਤੁਸੀਂ ਦੇਖੋ ਇੱਥੋਂ ਦਾ ਜਿਹੜਾ ਸਾਰਾ ਹੀ ਜਿਹੜਾ ਹੈਗਾ ਦੇਖਦਾ ਹੈਗਾ ਹਾਵੜਾ ਬ੍ਰਿਜ ਰਵਿੰਦਰਾ ਸੇਤੂ ਪੁੱਲ ਵੀ ਇਹਨੂੰ ਕਹਿੰਦੇ ਹੈਗੇ ਆ ਹਾਵੜਾ ਬ੍ਰਿਜ ਵੀ ਇਹਨੂੰ ਕਹਿੰਦੇ ਆ ਕਿਉਂਕਿ ਇਹ ਹਾਵੜਾ ਤੇ ਜਿਹੜਾ ਕੋਲਕਾਤਾ ਨੂੰ ਆਪਸ ਦੇ ਵਿੱਚ ਜੋੜਦਾ ਹੈ ਇੱਕ ਤਰ੍ਹਾਂ ਦਾ ਜੋੜਨ ਦਾ ਕੰਮ ਕਰਦਾ ਹੈ ਕਨੈਕਟਰ ਹੈ ਇਹ ਦੋਨਾਂ ਦਾ ਤੇ ਕੋਲਕਾਤਾ ਤੋਂ ਹੁਣ ਆਪਾਂ ਚੱਲੇ ਸੀਗੇ ਤੇ ਹਾਵੜਾ ਆਪਾਂ ਪਹੁੰਚਣ ਵਾਲੇ ਆ ਉਧਰਲੀ ਸਾਈਡ ਤੋਂ ਕਹਿੰਦਾ ਮਤਲਬ ਆਪਾਂ ਚੱਲੇ ਸੀਗੇ ਤੇ ਇੱਧਰਲੀ ਸਾਈਡ ਆਪਾਂ ਹੁਣ ਪਹੁੰਚਣ ਵਾਲੇ ਆ ਤੁਸੀਂ ਦੇਖ ਸਕਦੇ ਹੈਗੇ ਪਹਿਲਾਂ ਆਪਾਂ ਉਧਰੋਂ ਇੱਧਰ ਆਏ ਸੀਗੇ ਪੈਦਲ ਆਏ ਸੀਗੇ ਪਹਿਲਾਂ ਅਸੀਂ ਉਧਰੋਂ ਪੈਦਲ ਆਏ ਸੀਗੇ ਸਾਰਾ ਏਰੀਆ ਕਵਰ ਕੀਤਾ ਸੀ ਕਿਉਂਕਿ ਅਸੀਂ ਜਿਹੜੀ ਹੈਗੀ ਆ ਉਹ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਫਲਾਵਰ ਮਾਰਕੀਟ ਹੈਗੀ ਆ ਉਹਨੂੰ ਕਵਰ ਕਰਨਾ ਸੀ ਤਾਂ ਕਰਕੇ ਅਸੀਂ ਉਧਰੋਂ ਇੱਧਰ ਆਏ ਸੀਗੇ ਜਿਹੜਾ ਆਪਣਾ ਆਪਾਂ ਆਪਦੀ ਮੰਜ਼ਿਲ ਵੱਲ ਨੂੰ ਪਹੁੰਚ ਰਹੇ ਹਾਂ ਉਹ ਦੇਖੋ ਸਾਡੇ ਪਿੱਛੇ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਸਟੇਸ਼ਨ ਬਣਿਆ ਹੋਇਆ ਹੈਗਾ ਫੈਰੀ ਦਾ ਤੇ ਉਹਦਾ ਨਾਂ ਸੀਗਾ ਜਿਹੜਾ ਅਰਮੀਨੀਆ ਸੀਗਾ ਤੇ ਇਹਦਾ ਨਾਂ ਦੇਖੋ ਹੁਣ ਕੀ ਰੱਖਿਆ ਹੋਇਆ ਇਹਨਾਂ ਨੇ ਤੇ ਉੱਥੇ ਆਪਾਂ ਪਹੁੰਚਣ ਵਾਲੇ ਉੱਥੇ ਇੱਕ ਤਰ੍ਹਾਂ ਦਾ ਲੈਂਡ ਕਰ ਗਿਆ ਜਹਾਜ਼ ਹਨਾ ਤੁਸੀਂ ਕਹਿ ਸਕਦੇ ਹੋ ਤੇ ਇੱਕ ਗੱਲ ਹੋਰ ਵੀ ਹੈ ਉੱਥੋਂ ਆਪਾਂ ਟਿਕਟਾਂ ਲੈ ਲੈਂਦੇ ਹੈਗੇ ਹਾਂ ਅਤੇ ਟਿਕਟਾਂ ਜਿਹੜੀਆਂ ਆਪਣੀ ਚੈੱਕ ਇੱਧਰਲੀ ਸਾਈਡ ਹੁੰਦੀਆਂ ਹੈਗੀਆਂ ਉੱਧਰ ਨਹੀਂ ਹੁੰਦੀਆਂ ਹੈਗੀਆਂ ਤਾਂ ਉਹ ਵੀ ਸਾਰਾ ਪ੍ਰੋਸੀਜਰ ਤੁਹਾਨੂੰ ਦੱਸਾਂਗੇ ਉਵੇਂ ਜਿਵੇਂ ਰੱਸੇ ਉੱਧਰ ਬੰਨੇ ਸੀਗੇ ਉਵੇਂ ਇੱਧਰ ਹੁਣ ਫਿਰ ਬੰਨਣ ਦਾ ਪ੍ਰੋਸੀਜਰ ਸਟਾਰਟ ਟਿਕਟਾਂ ਆਪਣੀਆਂ ਇੱਥੇ ਚੈੱਕ ਕਰਨੀਆਂ ਆਪਾਂ ਟਿਕਟਾਂ ਦਿਖਾਉਂਦੇ ਹਾਂ ਜਿਹੜੀਆਂ ਉੱਥੋਂ ਲਈਆਂ ਸੀ ਤਾਂ ਆਪਾਂ ਜਿਹੜਾ ਹੈਗਾ ਉਧਰੋਂ ਕੋਲਕਾਤਾ ਵਾਲੀ ਸਾਈਡ ਤੋਂ ਹਾਵੜਾ ਪਹੁੰਚ ਗਿਆ ਤੇ ਆ ਆਪਣੀ ਸੀਗੀ ਫੈਰੀ ਕਿਵੇਂ ਦੀ ਯਾਤਰਾ ਵਧੀਆ ਸੀ ਕੈਂਟ ਸੀ ਇੱਕਦਮ 6 ਰੁਪਏ ਦੇ ਵਧੀਆ ਝੂਟਾ ਦੇ ਦਾਣਾ ਹਾਂ 6 ਰੁਪਏ ਝੂਟਾ ਪਾਣੀ ਦਾ ਗੰਗਾ ਨਦੀ ਦਾ ਉੱਥੋਂ ਆਪਾਂ ਐਂਟਰੀ ਕੀਤੀ ਸੀ ਤੇ ਇੱਥੋਂ ਹੁਣ ਆਪਾਂ ਐਗਜ਼ਿਟ ਹੋ ਰਹੇ ਹੈਗੇ ਇੱਥੋਂ ਆਪਾਂ ਹੁਣ ਦਿਲ ਨਿਕਲੇ ਆ ਟਿਕਟ ਦਿਖਾ ਕੇ ਤੇ ਆਹ ਜਿਹੜਾ ਗੇਟ ਹੈ ਲੱਗਿਆ ਹੋਇਆ ਜੰਗਲਾ ਆ ਤੇ ਭਾਈ ਸਾਹਿਬ ਜਿਹੜੇ ਹੈਗੇ ਐਸੇ ਕੰਮ ਨੂੰ ਬਿਠਾਏ ਹੋਏ ਆ ਟਿਕਟ ਫਾੜ ਕੇ ਛੇੜ ਦਿੰਦੇ ਆ ਫੈਰੀ ਕਰਨ ਲੱਗੇ ਪਹਿਲਾਂ ਤੋਂ ਟਿਕਟ ਦੇਖਦੇ ਆ ਤਾਂ ਇੱਥੋਂ ਜਿਹੜੀਆਂ ਅੱਡ ਅੱਡ ਫੈਰੀ ਚੱਲਦੀ ਹੈਗੀ ਉਹਨਾਂ ਨੇ ਦੱਸਿਆ ਸਾਰਾ ਉਹਨਾਂ ਦਾ ਰੂਟ ਦੱਸਿਆ ਹੋਇਆ ਆ ਟਿਕਟ ਖਿੜਕੀ ਆ ਉਹਨਾਂ ਦੇ ਫੇਰ ਆ ਤਾਂ ਆਪਾਂ ਇੱਕ ਨਵੇਂ ਸਟੇਸ਼ਨ ਤੇ ਪਹੁੰਚੇ ਆ ਤੇ ਇੱਥੇ ਵੀ ਜਿਹੜਾ ਹੈਗਾ 6 ਰੁਪਏ ਦੀ ਟਿਕਟ ਹੈ ਇੱਥੋਂ ਜਿਹੜਾ ਹੈਗਾ ਬਾਬੂ ਘਾਟ ਲਈ ਜਾਇਆ ਜਾਂਦਾ ਤਾਂ ਇਹਨਾਂ ਦੇ ਅੱਡ ਅੱਡ ਅੱਡੇ ਬਣੇ ਹੋਏ ਨੇ ਜਿਹੜਾ ਉਹ ਆਪਾਂ ਸਟੇਸ਼ਨ ਦੇਖਿਆ ਸੀ ਦੂਰੋਂ ਉਹਦੇ ਆਪਾਂ ਹੁਣ ਬਿਲਕੁਲ ਨੇੜੇ ਆ ਗਏ ਆਹ ਦੇਖੋ ਤਾਂ ਹੁਣ ਆਪਾਂ ਜਾ ਰਹੇ ਹਾਂ ਬਾਬੂ ਘਾਟ ਉਹਦੇ ਲਈ ਜਿਹੜਾ ਸਟਾਰਟਿੰਗ ਦੇ ਵਿੱਚ ਬਣਿਆ ਹੋਇਆ ਰਸਤਾ ਤੇ ਉਹ ਫੈਰੀ ਖੜੀ ਹੈਗੀ ਆ ਤਿਆਰ ਉਹਦੇ ਵਿੱਚ ਆਪਾਂ ਚੜ ਕੇ ਜਾਣਾ ਹੈਗਾ ਇਹ ਥੋੜੀ ਜਿਹੀ ਵੱਡੀ ਹੈ ਨਾ ਫੈਰੀ ਸ਼ੁਕਰੀਆ
ਤਾਂ ਵੀ ਬੋਟਿੰਗ ਦੇਖ ਨਜ਼ਾਰਾ ਬਹੁਤ ਵੱਖਰਾ ਹੈਗਾ ਹਨਾ। ਚੱਪੂ ਬੋਟ ਕਹਿੰਦੇ ਇਹਨੂੰ, ਇਹ ਐਂ ਜਿਹੜਾ ਹੈਗਾ ਪਾਰ ਕਰਦੇ ਹੈਗੇ ਆ। ਤੁਸੀਂ ਦੇਖ ਸਕਦੇ ਹੋ ਕਿੰਨੇ ਹੀ ਜਿਹੜੀ ਹੈਗੀਆਂ ਫੈਰੀ ਰੈਡੀ ਖੜੀਆਂ ਹੈਗੀਆਂ ਟਰਾਂਸਪੋਰਟੇਸ਼ਨ ਦੇ ਲਈ, ਤਾਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਬਿਜ਼ਨਸ ਪਰਪਸ ਦੇ ਲਈ ਵਰਤੀਆਂ ਜਾਂਦੀਆਂ ਹੈਗੀਆਂ। ਛੋਟੇ ਛੋਟੇ ਇਹ ਅੱਡੇ ਹੈਗੇ ਆ ਜਿਹੜੇ ਇੱਕ ਦੂਜੇ ਨੂੰ ਨਾਲ ਜੋੜਦੇ ਹੈਗੇ ਆ ਟਰਾਂਸਪੋਰਟੇਸ਼ਨ ਦੇ ਲਈ। ਤਾਂ ਪੁੱਲ ਦਾ ਜਿਹੜਾ ਹੈਗਾ ਬਹੁਤ ਹੀ ਫਰੈਸ਼ ਘੈਂਟ ਇੱਥੇ ਦਿਖਦਾ ਹੈਗਾ ਫੈਰੀ ਦੇ ਵਿੱਚ ਜਦੋਂ ਪਾਉਂਦੇ। ਤਾਂ ਬਾਬੂ ਘਾਟ ਆਪਾਂ ਪਹੁੰਚ ਗਏ ਹੈਗੇ ਹਾਂ, ਰਾਈਡ ਇੱਥੋਂ ਤੱਕ ਆਪਣੀ ਬਹੁਤ ਵਧੀਆ ਰਹੀ। ਤਾਂ ਬਾਬੂ ਘਾਟ ਦਾ ਜਿਹੜਾ ਹੈਗਾ ਇਹ ਐਗਜ਼ਿਟ ਪੁਆਇੰਟ ਹੈ, ਇੱਥੋਂ ਆਪਾਂ ਐਗਜ਼ਿਟ ਹੋਣਾ। ਤਾਂ ਇਹ ਜਿਹੜਾ ਹੈਗਾ ਬਾਬੂ ਘਾਟ ਦੇ ਓਵਰ ਬ੍ਰਿਜ ਦੇ ਆਪਾਂ ਆ ਗਏ ਹਾਂ, ਅਤੇ ਇਹ ਸਪੈਸ਼ਲ ਵਾਕਿੰਗ ਦੇ ਲਈ ਜਿਹੜੀ ਹੈਗੀ ਅਟਰੈਕਸ਼ਨ ਬਣਾਈ ਗਈ ਆ। ਅਤੇ ਇੱਥੇ ਤੁਸੀਂ ਜਿਹੜਾ ਪੁੱਲ ਦੇ ਉੱਤੇ ਵਾਕਿੰਗ ਕਰਕੇ ਨਜ਼ਾਰਾ ਲੈ ਸਕਦੇ ਹੋ। ਅਤੇ ਇੱਧਰ ਗੰਗਾ ਨਦੀ ਹੈਗੀ, ਥੱਲੇ ਲੋਕ ਇਸ਼ਨਾਨ ਕਰ ਰਹੇ ਹੈਗੇ ਹਨ। ਤਾਂ ਜਿਹੜਾ ਸਾਰਾ ਹੈਗਾ ਬਾਬੂ ਘਾਟ ਦਾ ਓਵਰ ਬ੍ਰਿਜ ਹੈਗਾ ਹੈ, ਤੁਸੀਂ ਇੱਥੇ ਆ ਸਕਦੇ ਹੋ ਨਾ, ਘੁੰਮ ਸਕਦੇ ਹੋ। ਬਹੁਤ ਵਧੀਆ ਪੁੱਲ ਬਣਿਆ ਹੋਇਆ ਹੈ। ਅਤੇ ਇੱਥੋਂ ਹੀ ਜਿਹੜਾ ਉਹ ਉੱਭਰ ਸੇਤੀ ਪੁੱਲ ਵੀ ਸਾਫ ਦਿਖਦਾ। ਅਤੇ ਹਾਵੜਾ ਬ੍ਰਿਜ ਜਿਹੜਾ ਹੈਗਾ ਇਹਦੀ ਓਪੋਜ਼ਿਟ ਸਾਈਡ ਰਹਿ ਗਿਆ ਹੈ ਨਾ, ਹੋਰ ਹੈਗਾ ਉੱਧਰ। ਅਤੇ ਸਾਰੀਆਂ ਫੈਰੀਜ਼ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਜਿਹੜੀਆਂ ਹੈਗੀਆਂ ਇੱਕ ਦੂਜੇ ਅੱਡੇ ਨੂੰ ਇੱਕ ਦੂਜੇ ਨਾਲ ਕਨੈਕਟ ਕਰਨ ਲਈ ਜਿਹੜੀਆਂ ਵਰਤੀਆਂ ਜਾਂਦੀਆਂ ਸਾਰੀਆਂ ਫੈਰੀਜ਼। 6-6, 7-7 ਰੁਪਏ ਇਹਨਾਂ ਦਾ ਕਿਰਾਇਆ ਹੈਗਾ, ਇੱਕ ਦੂਜੇ ਅੱਡੇ ਦੇ ਨਾਲ ਇਹ ਜੋੜ ਦਿੰਦੀਆਂ ਹੈਗੀਆਂ। ਤਾਂ ਤੁਸੀਂ ਜਦੋਂ ਆ ਰਹੇ ਹੋ ਕਲਕੱਤਾ ਤਾਂ ਹਾਵੜਾ ਬ੍ਰਿਜ ਦੇ ਉੱਤੇ ਸਾਰੀਆਂ ਜਿਹੜੀਆਂ ਹੈਗੀਆਂ ਲੋਕੇਸ਼ਨਾਂ ਦੇਖ ਕੇ ਜ਼ਰੂਰ ਜਾਓ। ਤਾਂ ਹੁਣ ਆਪਾਂ ਪਹੁੰਚ ਗਏ ਹਾਂ ਲੀਨਨ ਕਰੂਜ਼, ਇੱਥੇ ਇੱਕ ਰੈਸਟੋਰੈਂਟ ਬਣਿਆ ਹੋਇਆ ਬੋਟ ਦੇ ਵਿੱਚ, ਜਿਹੜੇ ਸੇਲਿੰਗ ਵੀ ਕਰਾਉਂਦੇ ਆ, ਅਤੇ ਰੈਸਟੋਰੈਂਟ 'ਚ ਆਪਾਂ ਨੂੰ ਖਾਣਾ ਵੀ ਛਕਾਉਣਗੇ। ਅਤੇ ਉਹਦੇ ਫਰੰਟ ਗੇਟ 'ਤੇ ਆਪਾਂ ਖੜ੍ਹੇ ਹੈਗੇ ਹਾਂ, ਅਤੇ ਬਹੁਤ ਸੋਹਣੀ ਲੋਕੇਸ਼ਨ ਹੈਗੀ ਆ। ਅਤੇ ਇਹਦੇ ਆਪਾਂ ਚਾਰਜਿਸ ਬੜੇ ਆ, 6999 ਹੈ ਪਰ ਹੈੱਡ, ਪਰ ਇਹ ਹੈ ਕਿ ਸੈਟਰਡੇ ਸੰਡੇ ਸ਼ਾਮ ਨੂੰ ਚੱਲਦੀ ਹੈ। ਆਪਾਂ ਸਾਰਾ ਦੇਖਦੇ ਹਾਂ ਅੰਦਰ ਜਾ ਕੇ, ਪੁੱਛਦੇ ਹਾਂ ਉਹਨਾਂ ਨੂੰ ਕੀ ਚਾਰਜਿਸ ਨੇ, ਕਿੱਦਾਂ ਮਤਲਬ ਸਿਸਟਮ ਹੈਗਾ, ਪਰ ਹੈੱਡ ਕੀ ਹੈ, ਖਾਣਾ ਕੀ ਦਿੰਦੇ ਆ, ਸਾਰਾ ਦੇਖਦੇ ਹਾਂ। ਅਤੇ ਨਾਲ ਨਾਲ ਆਪਾਂ ਖਾਣਾ ਖਾਂਦੇ ਵੀ ਹਾਂ, ਅਤੇ ਆ ਜਾਓ ਆਪਾਂ ਸਾਰਾ ਕੁਛ ਐਕਸਪਲੋਰ ਕਰਦੇ ਹੈਗੇ ਹੈ ਨਾ। ਅੱਛਾ ਉਹ ਹੈ ਖਾਣੇ ਕੇ ਜੋ ਸਨੈਕਸ ਹੈ ਨਾ, ਸਨਸੈਟ ਅਭੀ ਆਈ, ਸੈਟਰਡੇ ਸੰਡੇ ਔਰ ਦੋ ਦਿਨ ਵੋ ਤੋ ਆਪ ਸੈਟਰਡੇ ਸੰਡੇ ਤੋ ਹੈ ਹੀ, ਜੋ ਖਾਣਾ ਖਾਏਗਾ ਉਸ ਤੋਂ ਜਬ ਵੀ ਲੋਗ ਵੋ ਹੀ ਦੇਣਾ, ਔਰ ਤੋ ਕੋਈ ਐਂਟਰੀ ਫੀਸ ਨਹੀਂ ਹੈ। ਤਾਂ ਲੇਲਨ ਕਰੂਜ਼ ਦੇ ਜਿਹੜੇ ਹੈਗੇ ਹੈੱਡਕੁਆਟਰ ਦੇ ਆਪਾਂ ਖੜ੍ਹੇ ਹਾਂ, ਵੈਸਟ ਬੰਗਾਲ ਟੂਰਿਜ਼ਮ ਜੈਟੀ ਕਹਿੰਦੇ ਆ ਉਹਨੂੰ। ਅਤੇ ਇੱਥੋਂ ਜਿਹੜਾ ਇੱਕ ਲਗਜ਼ਰੀ ਜਿਹੜਾ ਹੈਗਾ ਕਰੂਜ਼ ਚੱਲਦਾ ਹੈਗਾ, ਪਰ ਉਹ ਚੱਲਦਾ ਜਿਹੜਾ ਹੈਗਾ ਉਹਦੀ ਲਿਮਿਟੇਸ਼ਨ ਹੈ, ਸ਼ਨੀ ਅਤੇ ਐਤਵਾਰ ਨੂੰ ਚੱਲਦਾ ਹੈਗਾ। ਅਤੇ ਜੈਟੀ ਮੈਨੂੰ ਲੱਗਦਾ ਪੁੱਲ ਨੂੰ ਕਹਿੰਦੇ ਆ ਇੱਥੇ ਕੋਲਕਾਤਾ ਦੇ ਵਿੱਚ, ਟੂਰਿਜ਼ਮ ਜੈਟੀ ਬਣੀ ਹੋਈ ਹੈ, ਘੁੰਮਣ ਦੇ ਲਈ ਇਹ ਪੁੱਲ ਬਣਿਆ ਹੋਇਆ ਜਿਹੜਾ ਸਾਰਾ। ਅਤੇ ਜੇ ਤਾਂ ਤੁਸੀਂ ਵਿੱਚ ਖਾਣਾ ਲੈਣਾ ਉਹਦੇ ਵਿੱਚ ਹੈਗਾ 1250 ਰੁਪਏ, ਜੇ ਤੁਸੀਂ ਇਕੱਲਾ ਕਰੂਜ਼ 'ਤੇ ਜਾਣਾ ਤਾਂ 700 ਰੁਪਈਆ ਟਿਕਟ ਹੈਗੀ ਉਹਦੀ। ਅਤੇ ਆਪਾਂ ਉਹਦੇ ਅੰਦਰ ਜਿਹੜਾ ਹੈਗਾ ਜਾਂਦੇ ਹੈਗੇ ਹਾਂ, ਅਤੇ ਦੇਖਦੇ ਹਾਂ ਕੀ ਮਾਹੌਲ ਚਾਲ ਆ ਸਾਰਾ। ਇੱਥੇ ਜਿੰਨੇ ਵੀ ਜੈਟੀ ਹੈਗੇ ਆ ਉਹਨਾਂ ਦੇ ਵਿੱਚੋਂ ਸਾਰਿਆਂ ਤੋਂ ਜਿਹੜਾ ਲਗਜ਼ਰੀ ਜੈਟੀ ਹੈਗਾ ਉਹ ਇਹੀ ਆ। ਅਤੇ ਉਹਦੇ ਅੰਦਰ ਆਪਾਂ ਜਾਂਦੇ ਹੈਗੇ ਹਾਂ, ਅਤੇ ਅੱਜ ਆਪਾਂ ਨੂੰ ਜਿਹੜਾ ਹੈਗਾ ਫੂਡ ਆਈਟਮ ਇਹ ਕਹਿੰਦੇ ਮਿਲ ਜੂਗੀ ਖਾਣ ਪੀਣ ਨੂੰ, ਰਾਈਡ ਨਹੀਂ ਜਿਹੜੀ ਹੋਣੀ ਹੈਗੀ, ਕਿਉਂਕਿ ਇਹ ਰਾਈਡ ਮਹਿੰਗੀ ਹੈ ਨਾ, ਅਤੇ ਉਹਦੇ ਕਰਕੇ ਸਵਾਰੀਆਂ ਨਹੀਂ ਇਕੱਠੀਆਂ ਹੁੰਦੀਆਂ ਕਹਿੰਦੇ ਸਾਡੇ ਕੋਲ, ਅਤੇ ਤਾਂ ਕਰਕੇ ਜਿਹੜਾ ਹੈਗਾ ਇਹ ਬਾਊਂਡੇਸ਼ਨ ਇਹਨਾਂ ਨੇ ਲਾਈ ਹੋਈ ਹੈ। ਸਿਰਫ ਸ਼ਨੀ ਅਤੇ ਐਤਵਾਰ ਨੂੰ ਹੀ ਜਿਹੜੇ ਆ ਰਹੇ ਆ ਉਹ ਨੋਟ ਰੱਖਣ, ਉਹਨਾਂ ਲਈ ਇਹ ਬਹੁਤ ਵਧੀਆ ਆਪਸ਼ਨ ਹੈਗਾ ਹੈ ਨਾ। ਤਾਂ ਇੱਕ ਵੱਖਰੇ ਕਿਸਮ ਦਾ ਜਿਹੜਾ ਹੈਗਾ ਨਜ਼ਾਰਾ ਹੈਗਾ, ਤੁਸੀਂ ਇੱਥੇ ਆ ਕੇ ਨਜ਼ਾਰਾ ਲੈ ਸਕਦੇ ਹੋ ਹੈ ਨਾ। ਆਹ ਹੈਗਾ ਲਗਜ਼ਰੀ ਕਰੂਜ਼, ਇਹ ਇਹਨਾਂ ਦੇ ਸਾਰੇ ਜਿਹੜੇ ਹੈਗੇ VIP ਕਰੂਜ਼ ਹੀ ਹੈ ਸਾਰੇ ਇਹ। ਅਤੇ ਇੱਥੋਂ ਇਹਨਾਂ ਦੀ ਐਂਟਰੀ ਹੁੰਦੀ ਹੈ, ਅਤੇ ਤੁਸੀਂ ਜਿਹੜਾ ਹੈਗਾ ਕਰੂਜ਼ ਦੇ ਵਿੱਚ ਬਹਿ ਕੇ ਖਾਣਾ ਖਾ ਸਕਦੇ। ਇੱਥੋਂ ਜਿਹੜਾ ਹੈਗਾ ਤੁਹਾਨੂੰ ਥੋੜ੍ਹਾ ਜਿਹਾ ਧਿਆਨ ਨਾਲ ਆਉਣਾ ਪੈਂਦਾ ਹੈ ਨਾ। ਉਹਦੇ ਵਿੱਚ ਆਪਾਂ ਐਂਟਰ ਹੋ ਗਏ, ਗਰਮੀ ਹੈਗੀ ਬਹੁਤ ਜ਼ਿਆਦਾ, ਅਤੇ ਦੇਖਦੇ ਹਾਂ ਆਪਾਂ। ਤਾਂ AC ਜਿਹੜੇ ਹੈਗੇ ਇੱਥੇ ਸਾਰੇ ਬੰਦ ਪਏ ਸੀਗੇ, ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਯਾਰ ਗਰਮੀ ਬਹੁਤ ਹੈਗੀ ਆ, ਤਾਂ AC ਚਲਾਓ। ਤਾਂ ਹੁਣ ਇਹਨਾਂ ਨੇ ਜਿਹੜਾ AC ਜਿਹੜਾ ਹੈਗਾ ਚਲਾਉਣੇ ਸ਼ੁਰੂ ਕਰਤੇ ਹੈਗੇ ਆ। ਤੇ ਆਪਾਂ ਆਰਡਰ ਕਰਦੇ ਆ ਚਾਈਨੀਜ਼ ਦੇ ਵਿੱਚ ਜਿਹੜਾ ਹੈਗਾ, ਸਾਰਾ ਜਿਹੜਾ ਹੈਗਾ ਘੈਂਟ ਮਾਹੌਲ ਹੈ।
सेफ माहौल है ते विंडो वगैरह सारिया बंद करके जेड़ा मेरा बई है तैयारी कर रहे है ये जो राइड है अकेला शनि एतवार को चलता है राइड शनि एतवार को चलता है डेली नहीं चलता सवारी नहीं आती इसलिए इसका कंडीशन है आप ऑर्डर करने लगे हैं तो उसे देख सकते हो मशरूम चिल्ली सोच रहे हैं लवान दी लवानी है फिर मशरूम चिल्ली हाँ तो उसे देख सकते हो कितना शानदार रेस्टोरेंट बनाया हुआ है तेरे थे बाहर ला व्यू भी पानी वाला मतलब जब तो चलती है रात नो तो अलग ही एक वक्रा ही नजारा होता है पानी दे बेच सनसेट दिखाते हैं हाँ एक घंटे की राइड होती है डिनर करने का एक वक्रा ही नजारा आता है इतने मेमोरी जुड़ जाती है ना ਤਾਂ ਜਿਹੜਾ ਆਰਡਰ ਆਪਾਂ ਕਰਤਾ ਮਸ਼ਰੂਮ ਚਿੱਲੀ ਤੇ ਬੰਗਾਲੀ ਸਟਾਈਲ ਚ ਨਿਊਡਲ ਕਹੇ ਆਪਾਂ ਦੇਖਦੇ ਆ ਕਿ ਹੋ ਜਾ ਇਹਨਾਂ ਦਾ ਖਾਣਾ ਖਾ ਕੇ ਦੱਸਾਂਗੇ ਜ਼ਰੂਰ ਤੇ ਕੁੱਲ ਮਿਲਾ ਕੇ ਸਾਨੂੰ ਵਧੀਆ ਲੱਗ ਰਿਹਾ ਮਾਹੌਲ ਇੱਥੋਂ ਜਿਹੜਾ ਹੈਗਾ ਬਾਹਰਲਾ ਵਿਊ ਵੀ ਦਿਖਦਾ ਹੈਗਾ ਤਾਂ ਖਾਣਾ ਜਿਹੜਾ ਆਪਣਾ ਆ ਗਿਆ ਤੇ ਆਪਾਂ ਮੰਗਾਏ ਸੀਗੇ ਮਸ਼ਰੂਮ ਚਿੱਲੀ ਸੈਮੀ ਗ੍ਰੇਵੀ ਤੇ ਇੱਧਰ ਆ ਗਿਆ ਆਪਣੇ ਬੰਗਾਲੀ ਸਟਾਈਲ ਦੇ ਨਿਊਡਲਸ ਜਿਹੜੇ ਨਿਊਡਲਸ ਨੇ ਇਹਨਾਂ ਵਿੱਚ ਵੈਜਿਸ ਜਿਹੜੀਆਂ ਜ਼ਿਆਦਾ ਪਾਈਆਂ ਹੋਈਆਂ ਤਾਂ ਕਰਕੇ ਇਹਨਾਂ ਨੂੰ ਬੰਗਾਲੀ ਸਟਾਈਲ ਨਿਊਡਲਸ ਜਿਹੜੇ ਆ ਕਿਹਾ ਜਾਂਦਾ ਸਬਜ਼ੀਆਂ ਜਿਹੜਾ ਹੈਗਾ ਇਹ ਬਹੁਤ ਖਾਂਦੇ ਹੈਗੇ ਆ ਤੇ ਇਹ ਹਰੇਕ ਚੀਜ਼ ਦੇ ਵਿੱਚ ਜਿਹੜਾ ਹੈਗਾ ਪ੍ਰੈਫਰੈਂਸ ਦਿੰਦੇ ਹੈਗੇ ਹਰੀ ਸਬਜ਼ੀ ਨੂੰ ਵੈਜੀਟੇਬਲ ਨੂੰ ਤਾਂ ਉਹ ਕੋਈ ਵੀ ਡਿਸ਼ ਹੋਵੇ ਉਹਦੇ ਵਿੱਚ ਐਕਸਟਰਾ ਵੈਜੀਟੇਬਲ ਨੂੰ ਇਹ ਐਡ ਕਰਦੇ ਹੈਗੇ ਤਾਂ ਆਪਾਂ ਇਹਨਾਂ ਦਾ ਹੁਣ ਇੱਕ ਮਸਾਲਾ ਔਰੰਜ ਮੰਗਾਇਆ ਹੈਗਾ ਤੇ ਉਹ ਵੀ ਕਿਵੇਂ ਲੱਗ ਰਿਹਾ ਵਧੀਆ ਹਾਂ ਮਸਾਲਾ ਔਰੰਜ ਮੋਜੀਟੋ ਅਸੀਂ ਮੰਗਾਇਆ ਮੌਕਟੇਲ ਤੇ ਇਹਦੇ ਵਿੱਚ ਚਿੱਲੀ ਫਲੇਕਸ ਪਾਏ ਹੋਏ ਪੂਰਾ ਮਸਾਲਾ ਬਣਾਇਆ ਹੋਇਆ ਵੱਖਰੀ ਚੀਜ਼ ਗੱਡੀ ਹੈ ਨਾ ਜਮਾ ਵਧੀਆ ਟੇਸਟੀ ਆ ਉਹ ਗੱਲ ਸਹੀ ਹੈ ਨਾ ਜਮਾ ਵੀ ਰੋਟੀ ਕੱਪੜਾ ਮਕਾਨ ਅੱਜ ਦੀ ਘੜੀ ਕਿਸੇ ਨੂੰ ਨਹੀਂ ਚਾਹੀਦਾ ਨਿੱਤ ਬਦਲਵੀਆਂ ਮੌਕਟੇਲ ਚਾਹੀਦੀਆਂ ਨਾ ਬ੍ਰਾਂਡਡ ਕੱਪੜੇ ਚਾਹੀਦੇ ਬ੍ਰਾਂਡਡ ਬੂਟ ਚਾਹੀਦੇ ਹਨ ਤਾਂ ਜਿਹੜਾ ਉੱਪਰ ਵੀ ਹੈ ਇਹਨਾਂ ਦਾ ਬੜਿਆ ਹੋਇਆ ਕਿਸ਼ਤੀ ਦੇ ਵਿੱਚ ਆਪਾਂ ਦੇਖਦੇ ਆ ਇਹ ਆਪਾਂ ਨੂੰ ਇਹਨਾਂ ਨਾਲ ਆਪਣਾ ਪਿਆਰ ਪੈ ਗਿਆ ਤੇ ਕਹਿੰਦੇ ਆਓ ਯਾਰ ਤੁਹਾਨੂੰ ਅਸੀਂ ਜਿਹੜਾ ਹੈਗਾ ਉੱਪਰ ਵੀ ਦਿਖਾਉਣੇ ਹੈਗੇ ਆ ਉਹ ਐਂਟਰੀ ਅਲਾਊਡ ਨਹੀਂ ਹੈਗੀ ਵੈਸੇ ਇੱਦਾਂ ਪਰ ਇਹਨਾਂ ਨੇ ਆਪਣਾ ਜਿਹੜਾ ਸਪੈਸ਼ਲ ਮਾਣ ਦਾਨ ਕੀਤਾ ਹੈਗਾ ਇੱਥੇ ਜਿਹੜਾ ਇਹ ਇੱਦਾਂ ਚੇਅਰਸ ਲਗਾ ਦਿੰਦੇ ਹੈਗੇ ਆ यहाँ पर चेयर लग जाती है ये आपका जो पार्टी ये होता है तो चेयर रहता है सनसेट पैकेज होता है उस टाइम ये सब चेयर जो है यहाँ पे सजा हुआ रहता है जो ऊपर बैठना चाहते हैं तो ऊपर बैठ सकते हैं ऊपर अलग ही दिखेगा हाँ और जब चलता है ना ज्यादा से ज्यादा गेस्ट क्या होता है सामने जो जगह है जो व्हील का साइड में जो जगह है ज्यादा से ज्यादा गेस्ट वहीं पे चला जाता है ऊपर से ज्यादा क्योंकि वहां से ना आपका ये हावड़ा ब्रिज का जो व्यू है नीचे ज्यादा अच्छा लगता है नीचे अच्छा लगता है हाँ ये क्योंकि ये तो बराबर सा होगा ये बराबर हो गया यहाँ से अब जब ये करेंगे व्यू ये नहीं नीचे से एकदम पीछे जाकर खड़ा होकर जब सेल्फी लीजिए ऊपर भी 50 बंदे आ सकते हैं ना ऊपर 50 नहीं कम है नहीं ऊपर कट है जगह आपका 50 से 60 आपका कैपेसिटी है टोटल नीचे ऊपर टोटल मिला टोटल कैपेसिटी है ਤੋ ਬਹੁਤ ਬੜੀਆ ਵਿਊ ਆ ਨਾ ਤਾਂ ਪਾਰਟੀ ਵਗੈਰਾ ਵੀ ਤੁਸੀਂ ਇੱਥੇ ਬੁੱਕ ਕਰਵਾ ਸਕਦੇ ਹੋ ਤੇ ਵਧੀਆ ਅਰੇਂਜਮੈਂਟ ਇਹਨਾਂ ਦਾ ਖਾਣਾ ਪੀਣਾ ਬਹੁਤ ਵਧੀਆ ਹੈਗਾ ਵਾਸ਼ਰੂਮ ਬਣਿਆ ਹੋਇਆ ਬਹੁਤ ਨੀਟ ਐਂਡ ਕਲੀਨ ਤੇ ਜਿਹੜਾ ਹੈਗਾ ਵਾਸ਼ਰੂਮ ਦੀ ਫੈਸਿਲਿਟੀ ਹੈ ਕਿਚਨ ਬਣੀ ਹੋਈ ਹੈ ਬਹੁਤ ਵਧੀਆ ਤੇ ਤੁਸੀਂ ਦੇਖ ਸਕਦੇ ਹੋ ਨਾ ਵੀ ਕਿੰਨੀ ਯਾਰ ਸਾਫ ਸਫਾਈ ਹੈ ਪੂਰਾ ਐਂਡ ਲਾਇਆ ਹੋਇਆ ਹੈ ਨਾ ਤੇ ਆ ਪਾਰਟੀ ਜਿਹੜੀ ਸ਼ਾਮ ਨੂੰ ਪਾਰਟੀ ਹੈ ਉਹਦੀ ਤਿਆਰੀ ਚੱਲ ਰਹੀ ਹੈ 4 ਵਜੇ ਕਹਿੰਦੇ ਪਾਰਟੀ ਸਟਾਰਟ ਹੈ ਪਾਰਟੀਆਂ ਚੱਲਦੀਆਂ ਰਹਿੰਦੀਆਂ ਕਹਿੰਦੇ ਇੱਥੇ ਲਗਾਤਾਰ ਤੇ ਅੱਜ ਸ਼ਾਮ ਨੂੰ ਫਿਰ ਪਾਰਟੀ ਹੈਗੀ ਹੈ ਕਿਉਂਕਿ ਸਨਸੈਟ ਦਾ ਜਿਹੜਾ ਵਿਊ ਹੈ ਉਹ ਅਗਲਾ ਕਰਦਾ ਹੀ ਕਰਦਾ ਕਿਉਂਕਿ ਇੱਕ ਮੈਮਰੀ ਜੀ ਰਹਿ ਜਾਂਦੀ ਹੈ ਨਾ ਯਾਦਗਾਰੀ ਰਹਿ ਜਾਂਦੀ ਹੈ ਨਾ ਹਾਂ ਜਿਹੜਾ ਬੋਟ ਦੇ ਬਾਹਰ ਵਾਲਾ ਵਿਊ ਹੈ ਤੇ ਸ਼ਾਮ ਨੂੰ ਜਦੋਂ ਬੋਟ ਚੱਲਦੀ ਹੈਗੀ ਤਾਂ ਤੁਸੀਂ ਬਾਹਰ ਬਹਿ ਕੇ ਵੀ ਨਜ਼ਾਰਾ ਲੈ ਸਕਦੇ ਹੋ ਅੰਦਰ ਏਸੀ ਚੱਲਦਾ ਪੂਰੀ ਬੈਠ ਗਿਆ ਪਹਿਲਾਂ ਹੀ ਤੇ ਨਜ਼ਾਰਾ ਹੀ ਬਹੁਤ ਆਉਂਦਾ ਮੈਨੂੰ ਵਾਟਰ ਐਕਟੀਵਿਟੀ ਕਰਨ 'ਚ ਕੁਛ ਜ਼ਿਆਦਾ ਨਜ਼ਾਰਾ ਆਉਂਦਾ ਹੈਗਾ ਸ਼ੁਰੂ ਤੋਂ ਹੀ ਤੇ ਆਹ ਦੇਖੋ ਤੁਸੀਂ ਮਾਹੌਲ ਯਾਰ ਕਿੱਡਾ ਘੈਂਟ ਆਹ ਦੇਖੋ ਪਾਵਰ ਸਟੇਅਰਿੰਗ ਹੈ ਨਾ ਡਸਟਬਿਨ ਪੂਰਾ ਹਰਿਆਲੀ ਸਾਰਾ ਕਿਸੇ ਦਾ ਯਾਰ ਇਹਨਾਂ ਨੇ ਧਿਆਨ ਰੱਖਿਆ ਯਾਰ ਪੂਰਾ ਵੀਆਈਪੀ ਜੈਡ ਕੰਮ ਹੈ ਤਾਂ ਇਸ ਟਾਈਮ ਖੜੇ ਆ ਆਪਾਂ ਬਾਹਰ ਜਿਹੜਾ ਰੈਸਟੋਰੈਂਟ ਦੇ ਵਿੱਚ ਬੋਟ ਦੇ ਵਿੱਚ
मशरूम चिली नूडल कुल मिला के खाना सी टेस्टी बहुत क्वालिटी भी सी क्वांटिटी भी ठीक सी कोई इन्नी घट नहीं सी घंटा लगाते हैं लगने जी बुकिंग करानी है बहुत ज्यादा ने चंगी लगी होगी लाइक शेयर जरूर करो कमेंट करके जरूर दस्या करो वीडियो कि लगी ऐदा ही आपां जिहड़े जुड़े रहांगे अगले व्लॉगां दे विच वी कलकत्ता आए हुए हां ते जरूर घूमते हैं तो थानू भी नाल नाल घुमाने मिलते हैं जी अगले व्लॉग दे विच।